ਲਓ ਜੀ, ਸਲਾਮ ਅਲੈਕੁਮ ਜੀ। ਟਾਈਮ ਹੋ ਗਿਆ 11 ਵਜੇ ਦਾ ਅਤੇ ਉੱਠ ਖੜ੍ਹੇ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਸੁੱਤੇ ਪਏ ਤੋਂ। ਅਤੇ ਨਾਲ ਦੇ ਨੇ ਨਾਸ਼ਤਾ ਬਣਾ ਕੇ ਉਠਾ ਲਿਆ, ਕਿੱਦਾਂ ਉੱਠ ਕੇ ਸੋਣੇ ਆ ਕਿ ਸਾਰੀ ਤੜੀ ਸੋਣਾ ਹੀ ਆ, ਸੋ ਤੂੰ ਇੰਨੀ ਅੱਕ ਪੈ। ਅਤੇ ਹੁਣ ਚਾਹੇ ਚੂਹੇ ਬਣ ਗਏ, ਨਾਸ਼ਤਾ ਨੁਸ਼ਤਾ ਕਰਦੇ, ਮੋਹ ਧੋਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਰੂਟੀਨ। ਬਾਕੀ ਨਾਲ ਦੇ ਸੁੱਤੇ ਪਏ, ਇੱਕ ਉਹ ਬਿਮਾਰੀ ਉੱਠੀ ਆ, ਰੌਲਾ ਸਾਰਿਆਂ ਨੇ ਪੁੱਤਾਂ ਦੇ ਬਾਕ ਸਾਰੇ ਸੁੱਤੇ ਪਏ ਆ। ਆ ਬਾਈ ਖਾਨ ਸਾਹਿਬ ਪਹਿਲਾਂ ਉੱਠੇ ਅਤੇ ਕਹਿੰਦੇ ਨਾਸ਼ਤਾ ਕਰ ਲਓ, ਮੈਂ ਸੋਣਿਆ ਮੈਂ ਉਹਨਾਂ ਨੂੰ ਉੱਠਦੇ ਨਾਸ਼ਤਾ ਕਰਦੇ ਆ। ਬਾਕੀ ਸੋਣਿਆ ਪਰਦੇਸ਼ ਪਰਦੇਸ ਹੀ ਆ, ਮਜ਼ਾ ਆ ਰਿਹਾ, ਸਾਰੇ ਏਸੀ ਦੇ ਅੱਗੇ ਪਏ ਆ, ਸਾਰੀ ਜ਼ਿੰਦਗੀ ਪੱਖੇ ਥੱਲੇ ਪਏ ਆ। ਚੋਰੀ ਬਾਹਰ ਜਿਹੜੀ ਗਰਮੀ ਆ, ਓਏ ਦੁਬਈ ਦੀ ਸਾਊਦੀਆ ਦੀ ਜਿਹੜੀ ਗਰਮੀ, ਹਾਏ ਐ ਬਾਂਦਰਾਂ ਦੇ ਮੂੰਹ ਹੁੰਦੇ ਆ। ਵਾਸ਼ਰੂਮ ਵੀ ਕਹਿੰਦਾ ਮੂੰਹ ਧੋ ਲੈਂਦੇ ਆ, ਸਾਜੀ ਦਾ ਸਾਡਾ ਮੂੰਹ ਧੋਣ ਵਾਲਾ ਸਿਸਟਮ ਆ, ਮੂੰਹ ਧੋ ਲਈ ਮਾੜਾ ਜਿਹਾ, ਪੁਲਿਸ ਦੀ ਗੱਲ ਹੀ ਫਿਰ ਬਾਅਦ ਚੋਂ ਕਰਦੇ ਆ ਗੱਲਬਾਤ। ਯਕੀਨ ਮੰਨੋ ਸਾਰੀ ਦਾਈ ਦੇ ਨਾ ਸਾਰੀ ਜ਼ਿੰਦਗੀ ਪਾਕਿਸਤਾਨ ਦੇ ਵਿੱਚ ਸੁੱਕੀਆਂ ਰੋਟੀਆਂ ਆਹੀ ਕੁਛ ਸੀਗਾ, ਅਤੇ ਇੱਥੇ ਤਰੱਕੀ ਹੋ ਗਈ ਸਤਾਲ ਜੈਮ ਜੇ ਵੋ, ਨਹੀਂ ਤੇ ਆਂਡੇ ਸੁੱਕੀ ਰੋਟੀ ਰਸ ਇਸ ਤੋਂ ਗਾਹ ਨਹੀਂ ਸੀਗੇ ਵੱਧਦੇ ਹੈ, ਥੋੜ੍ਹਾ ਜਿਹਾ ਵਧੇਗਾ, ਅੱਲਾਹ ਖੈਰ ਤਰੱਕੀਆਂ ਕਰੇਗਾ। ਬਾਕੀ ਆ ਦੇ ਦੀਏ ਲਾ ਲੂੰਗੇ ਜੈਮ ਜੂ, ਬੈਠੇ ਨਾ ਹੋਵੇ ਮੇਰਾ ਸੀਟ ਬਾਰ ਦੇ ਤੂੰ ਵੀਡੀਓ ਬਣਾਉਂਦੇ ਚੱਕਰਾਂ 'ਚ, ਕੁਛ ਵੀ ਨਹੀਂ ਕਰ ਰਹੇ ਹੈ, ਚੱਲ ਠੀਕ ਹੈ। ਲਓ ਜੀ ਬਾਬਿਓ, ਨਾਸ਼ਤਾ ਨੁਸ਼ਤਾ ਕਰਕੇ ਫਿਰ ਚੜ੍ਹ ਗਏ ਉੱਤੇ, ਉਹ ਮੈਡੀਸਨ ਵੀ ਖਾ ਲਈ ਆ ਬਾਈ ਨੇ, ਇਹ ਬਿਮਾਰ ਆ ਜਦੋਂ ਮੈਂ ਆਇਆ ਵਾ, ਸਾਡਾ ਕੁੱਕ ਵੀ ਆ। ਹੁਣ ਆਪਾਂ ਮੋਬਾਇਲ ਫਿਰ ਚਲਾਉਣਾ ਸ਼ੁਰੂ ਕਰ ਦੇਣਾ ਪਾਕਿਸਤਾਨ ਵਾਲਾ ਸੂਰਤ ਹਾਲ, ਪਰ ਸਾਡੇ ਨਾਲ ਗੰਦਾ ਵਾਈਫਾਈ ਇੱਥੇ ਲੱਗਾ, ਯਕੀਨ ਮੰਨੋ ਇੱਕ ਵਾਈਫਾਈ ਵਾ ਤਾਂ 28 ਬੰਦੇ ਚਲਾਉਣ ਵਾਲੇ ਆ। ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਰੂਟੀਨ ਕੀ ਸੂਰਤ ਹਾਲ ਆ, ਕੀ ਕਰਦੇ ਹਾਂ ਕੀ ਨਹੀਂ ਕਰਦੇ ਹੈ, ਡੈਡੀ ਤੁਹਾਨੂੰ ਲੋਕ ਚ ਦਿਖਾਉਂਦੇ ਹਾਂ। ਬਾਕੀ ਜਿਹੜਾ ਬਾਈ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਲਾਜ਼ਮੀ ਸਬਸਕ੍ਰਾਈਬ ਕਰ ਲਓ, ਕਰ ਲਓ, ਚੱਲ ਕਰ ਲਓ ਜੀ। ਬਾਬਿਓ ਸਾਡਾ ਕੁੱਕ ਬਹਿ ਗਿਆ ਵਾ, ਆਹ ਵਾ ਜੀ ਕੁੱਕ ਸਾਹਿਬ, ਆਹੋ ਜਿੱਦਾਂ ਦੀ ਅੱਗੇ ਤੋਂ ਬਣਾਉਂਦੇ ਹੋ ਉੱਦਾਂ ਦੀ ਬਣਾਇਓ, ਅੱਜ ਵੀਡੀਓ 'ਤੇ ਚੱਕ ਚੱਕ ਦੇ ਗਲਤ ਨਾ ਬਣਾ ਬਣਾ ਦਿਓ ਹੈ। ਅਤੇ ਬਾਕੀ ਦੇਖੋ ਕਿੱਦਾਂ, ਦੇਖ ਮੋਬਾਈਲ ਨਹੀਂ ਲੱਗੀ ਆ ਦੁਨੀਆ, ਸਿਰਫ ਮੈਂ ਇੱਕ ਜਿਹੜਾ ਮੋਬਾਈਲ ਨਹੀਂ ਚਲਾਉਂਦਾ, ਬਾਕੀ ਸਾਰੀ ਦੁਨੀਆ ਜੋ ਮੋਬਾਈਲ ਫੜਦੀ ਆ, ਯਕੀਨ ਮੰਨੋ ਇਹ ਤਾਂ ਸਸਤਾ ਵਲੋਗ ਵਾਸਤੇ ਫੜਿਆ ਨਾ, ਉਹ ਬਾਈ ਇਹ ਤਾਂ ਫਿਰ ਮੈਂ ਸਿਰਫ ਵੀਡੀਓ ਤਾਂ ਬਣਾਉਣੀ ਆ ਨਾ ਮਾੜੀ ਮੋਟੀ, 24 ਘੰਟੇ ਥੋੜ੍ਹੀ ਆ। ਖਾਨ ਸਾਹਿਬ ਸਿੰਗਰ ਆ ਪੂਰੇ ਭਾਰ ਵਾਲੇ, ਸਾਨੂੰ ਸੁਣਾਉਂਦੇ ਆ ਅਤੇ ਸਾਨੂੰ ਸਮਝ ਸਮਝ ਕੋਈ ਨਹੀਂ ਲੱਗਦੀ ਹੈ। ਹੁਣ ਬਣਾਉਂਦੇ ਹਾਂ ਜੀ ਰੋਟੀ ਰੁਟੀ ਦਾ ਟਾਈਮ ਹੋ ਗਿਆ ਵਾ, ਅਤੇ ਇਨਸ਼ਾਅੱਲਾ ਤੁਹਾਡਾ ਅਸੀਂ ਬਹਿ ਗਏ ਹਾਂ, ਮਿਰਚ ਅੱਖਾਂ 'ਚ ਪਿਆਜ਼ ਪੈ ਰਿਹਾ, ਚਲੋ ਚਲੋ ਜਹਾਜ਼ ਕੇ ਲਈ ਕਿਚਨ 'ਚ ਚੱਲੀਏ, ਗਰਮੀ ਬੜੀ ਆ ਅਤੇ ਰੋਟੀ ਬਣਾ ਰਿਹਾ ਵਾ। ਕੀ ਹੋਇਆ ਹੈ, ਰੋਟੀ ਸ਼ੂਈ ਸਮਾ ਕੇ ਤੇਰਾ ਨੱਕ ਲੱਖ ਨਹੀਂ ਖਰਾਬ ਹੋਇਆ, ਕੀ ਸੋਚ ਰਿਹਾ ਲਾ, ਕੀ ਬਣ ਰਿਹਾ ਦਿਖਾ ਜੀ ਜਰਾ, ਆਪਣਾ ਇਹ ਗਲਤ ਚੁੱਕ ਲਿਆ, ਦਾਲ ਚਾਵਲ ਮੁਹੱਬਤਾ, ਆਹ ਚਾਵਲ ਹੈ ਜੀ, ਅਤੇ ਇਨਸ਼ਾਅੱਲਾ ਤਾਲਾ ਉਹ ਮਸਾਲਾ ਮਸੂਲਾ ਤਿਆਰ ਕੀਤਾ ਪਿਆ ਵਾ, ਅਤੇ ਆਹ ਭਾਈ ਥੱਕ ਗਿਆ ਬਹਿ ਬਹਿ ਕੇ, ਅਤੇ ਇਨਸ਼ਾਅੱਲਾ ਤਾਲਾ ਆਹ ਸਾਡਾ ਉਹਨਾਂ ਨੇ ਸਮਾਨ ਆ ਪਾਣੀ ਪੂਣੀ ਵਾਸਤੇ, ਆਹ ਕਿਚਨ ਆ ਬਾਈ ਜੀ ਮਾੜਾ ਮੋਟਾ ਸਫਾਈ ਕਰਨ ਵਾਲਾ, ਉਹ ਥੋੜ੍ਹੀ ਬਹੁਤ ਸਾਨੂੰ ਆਰਡਰ ਕਿਹਾ ਤੁਸੀਂ ਸਫਾਈ ਕਰਨੀ ਆ, ਅਤੇ ਰੋਟੀ ਵਗੈਰਾ ਅਸੀਂ ਬਣਾ ਲੈਂਦੇ ਖਾਣਾ ਵਗੈਰਾ, ਠੀਕ ਹੈ ਨਾ, ਮੁੱਛਣ ਵੱਟਦੇ ਜੀ ਚੱਲ ਉਸਤਾਦ ਜੀ।
ਮਿਹਰਬਾਨੀ ਆ ਇਸ ਬਾਈ ਦੀ, ਤਨਜ਼ੀਲ ਬਾਈ ਦੀ, ਜਿਹੜਾ ਸਾਨੂੰ ਖਾਣਾ ਪ੍ਰੋਵਾਈਡ ਕਰ ਦਿੰਦਾ ਵਾ। ਮੈਂ ਸਾਨੂੰ ਬਣਾਉਣੇ ਬਣਾਉਣੇ ਇੱਦਾਂ ਦਾ ਆਉਂਦਾ ਨੀਗਾ, ਅਤੇ ਆ ਬਾਕੀ ਅਸੀਂ ਬਰਤਨ ਬੁਰਤਨ ਅਸੀਂ ਆਪ ਖੁਦ ਧੋ ਲਏ ਦੇ ਆ, ਇਹ 'ਚ ਕਿਹੜੀ ਸ਼ਰਮ ਵਾਲੀ ਗੱਲ ਆ। ਅਤੇ ਸਲਾਹ ਦੇ ਰਿਹਾ ਤੁਹਾਨੂੰ, ਖਾਣਾ ਬਣ ਰਿਹਾ ਵਾ ਬਾਬਾ ਜੀ, ਅਤੇ ਆਪਾਂ ਆ ਗਏ ਰੂਮ ਦੇ ਵਿੱਚ ਫਿਰ ਦੁਬਾਰਾ, ਅਤੇ ਕਿਉਂਕਿ ਖਾਣਾ ਖੁਣਾ ਉਹਨਾਂ ਨੇ ਬਣਾਉਣਾ ਆਪਾਂ ਰੂਮ ਦੇ ਵਿੱਚ ਜਿਹੜਾ, ਅਤੇ ਆਪਾਂ ਹੁਣ ਬੇਹਣ ਲੱਗੇ ਹਾਂ ਲਾਈਵ, ਅਤੇ ਤੁਹਾਨੂੰ ਆਪਣਾ ਸਟੈਂਡ ਦਿਖਾਉਂਦੇ ਹਾਂ ਜਿਹੜਾ ਜਗਾੜ ਲਾਇਆ ਵਾ। ਦੇਖੋ ਸਭ ਬਈ ਜਗਾੜ ਸਟੈਂਡ ਲਾਇਆ, ਇਹਦੇ ਵਿੱਚ ਆਪਾਂ ਮੋਬਾਈਲ ਦੇ ਨਾਲ ਫਸਾ ਅਤੇ ਬਹਿਣਾ ਲਾਈਵ, ਹੁਣ ਬਹਿੰਦੇ ਕੋਈ ਘੰਟਾ ਅੱਧਾ ਘੰਟਾ ਲਾਈਵ, ਫਿਰ ਕਰਦੇ ਹਾਂ ਤੁਹਾਡਾ ਗੱਪ ਸ਼ੱਪ, ਆਇਓ ਜਿਵੇਂ ਲਾਈਵ ਦੇਖਣਾ। ਅਤੇ ਪਰਦੇਸ ਬਾਬਾ ਜੀ ਆਸਾਨ ਨਿਗਾ ਹੈ, ਪਰਦੇਸ ਬਹੁਤ ਔਖਾ। ਹੁਣ ਬਈ ਖਾਣ ਪੀਣ ਤੋਂ ਬਾਅਦ ਆ ਗਈ ਆ ਸਫਾਈ ਦਾ ਟਾਈਮ, ਕਿਸੇ ਦਾ ਬੁਰਾ ਹਾਲ ਹੋਇਆ, ਅਸੀਂ ਆਰਡਰ ਮਿਲਿਆ ਕਿ ਯਾਰ ਅਸੀਂ ਬਣਾ ਲਿਆ ਤੁਸੀਂ ਸਫਾਈ ਕਰ ਦਿਓ, ਅਤੇ ਅਸੀਂ ਹੁਣ ਮੈਂ ਫਿਲਹਾਲ ਸਫਾਈ ਕਰਨ ਲੱਗਾ ਵਾਂ, ਕਿਉਂਕਿ ਸਾਰਿਆਂ ਨੇ ਮਿਲ ਜੁਲ ਕੇ ਯਾਰ ਜਿਹੜਾ ਜਿਹੜਾ ਜ਼ਿੰਮੇਦਾਰੀ ਹੈ ਕੰਮ ਦੀ ਉਹ ਕਰਨਾ ਵਾ, ਅਤੇ ਮੈਂ ਸਫਾਈ ਕਲੋਜ਼ ਕਰਦਾ, ਅਤੇ ਬਾਕੀ ਤੁਹਾਨੂੰ ਦੱਸਦੇ ਹਾਂ ਇਨਸ਼ਾ ਅੱਲਾਹ ਤਾਲਾ, ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸ਼ਾਮ ਨੂੰ, ਕਿਉਂਕਿ ਜ਼ਿਆਦਾਤਰ ਰੂਮ ਦੇ ਵਿੱਚ ਹੀ ਰਹੀਦਾ, ਬਾਹਰ ਨਹੀਂ ਜਾਈਦਾ ਹੈ, ਕਿਉਂਕਿ ਇਹਦੇ ਕੰਮ ਸ਼ਾਮਾਂ ਨਹੀਂ ਲੱਗਾ। ਜਿਸ ਤਰ੍ਹਾਂ ਕੰਮ ਲੱਗਿਆ ਫਿਰ ਮੈਂ ਤੁਰ ਜਾਵਾਂਗਾ ਮਾੜਾ ਮੋਟਾ, ਅਤੇ ਮੈਂ ਸਫਾਈ ਕਰ ਲਾਂ, ਕਿਉਂਕਿ ਅਸੀਂ ਜਾਣਾ ਮਾਰਕੀਟ ਵੱਲ ਨੂੰ, ਅਤੇ ਫਿਰ ਕਰਦੇ ਗੱਲ ਬਾਤ। ਸਫਾਈ ਵਾਲਾ ਪੂਰਾ ਹਾਲੇ ਹੋ ਗਿਆ ਡਿਲੇ, ਅਤੇ ਸਾਡੀ ਆ ਗਈ ਆ ਹੁਣ ਅਫਸਰ ਆਈ ਡੀ ਬਣ ਚੱਲੇ ਆ, ਆ ਗਿਆ ਵਾ ਸਾਡਾ ਵਕੀਲ ਆ ਗਿਆ, ਹੁਣ ਤਿਆਰ ਸ਼ਿਆਰ ਹੋ ਗਏ ਮੁੰਡੇ ਚੱਲੇ ਉੱਧਰ ਨੂੰ, ਅਤੇ ਮੂਸਾ ਸਾਹਿਬ ਸਾਡੇ ਅੱਗੇ ਲੱਗ ਗਏ ਕਿਉਂਕਿ ਅਸੀਂ ਸ਼ੇਰ ਨੂੰ ਹੈਡ ਬਣਾਇਆ ਵਾ। ਆਇਓ ਯਾਰ ਨਾਸ਼ਤਾ ਨੁਸ਼ਤਾ ਕਰਨ ਤੋਂ ਬਾਅਦ ਹੁਣ ਮੈਂ ਕਿਹਾ ਜੀ ਜਰਾ ਨਹਾ ਨਹੂ ਲਈਏ, ਕਿਉਂਕਿ ਤਿੰਨ ਚਾਰ ਦੋ ਦਿਨ ਹੋ ਗਏ ਆ ਕੱਪੜੇ ਨਹੀਂ ਚੇਂਜ ਕੀਤੇ ਆ, ਅਤੇ ਮੈਂ ਨਹਾ ਲਈਏ, ਤੁਸੀਂ ਵਾਸ਼ਰੂਮ 'ਚ ਕੋਈ ਵੜਿਆ ਹੋਇਆ ਵਾ, ਜਦ ਤੱਕ ਸ਼ੀਸ਼ੇ ਅੱਗੇ ਦੇਖ ਦੋ ਲਈਏ ਕੀ ਰਾਤ ਹੋਇਆ, ਮੇਰੀ ਖਾਤੇ ਵੀ ਵੱਧ ਗਿਆ ਹੋਇਆ ਵਾ, ਅਤੇ ਇਨਸ਼ਾ ਅੱਲਾਹ ਤਾਲਾ ਨਹਾ ਕੇ ਤੁਹਾਨੂੰ ਮਿਲਦੇ ਹਾਂ, ਮੇਰੇ ਬੰਦਾ ਵਾਸ਼ਰੂਮ 'ਚ ਵੜਿਆ ਹੋਇਆ ਵਾ। ਲਓ ਜੀ ਬਾਬੇ ਬੁਰਸ਼ ਬੁਰਸ਼ ਕਰ ਲਈਏ, ਅਤੇ ਬੁਰਸ਼ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਸੂਰਤ ਹਾਲ ਕੀ ਆ। ਮੈਂ ਜਰਾ ਟੂਪਿਸਟ ਲਾ ਲਾਂ, ਟੂਪਿਸਟ ਲੱਗ ਗਈ ਹੋਈ ਆ, ਅਤੇ ਹੁਣ ਜਰਾ ਦੰਦਾਂ ਹੀ ਵਾਲ ਲਈਏ, ਚੱਲ ਰਹੀ ਆ ਕੰਮ ਨਹੀਂ ਆਮ ਬਾਬਾ, ਕਿਉਂਕਿ ਬਾਕੀ ਗਰਮੀ ਬਹੁਤ ਧੁੱਪ ਦੇ ਵਿੱਚ ਖੜੇ ਹਾਂ। ਅਤੇ ਗਰਮੀ ਉਹ ਖੁਸ਼ਕ ਆ, ਪਸੀਨੇ ਵਾਲੀ ਬਹੁਤ ਕੰਮ ਆ, ਪਸੀਨੇ ਉਹਨੇ ਬਹੁਤ ਕੰਮ ਆਉਂਦਾ, ਉਸ ਕਰ ਲਈ ਫਿਰ ਤੁਹਾਨੂੰ ਦੱਸ ਦਿਖਾਉਂਦੇ ਹਾਂ। ਸ਼ਾਮ ਦਾ ਹੋ ਗਿਆ ਵੇਲਾ, ਅਤੇ ਆਹ ਵਾ ਸਾਡਾ ਜੀ ਬਾਜ਼ਾਰ ਭੱਲਾ ਕਹਿ ਲਓ, ਆਹ ਸੂਰਤ ਹਾਲ ਆ ਜੀ, ਕੋਈ ਬੰਦਾ ਨਾ ਬੰਦਾ ਪਰਿੰਦਾ, ਆਹ ਖਜੋਸ਼ ਲੁੜੁੱਕ ਛੁੱਕ ਲੱਗੇ ਆ, ਨਾ ਤੋੜ ਸਕਦੇ ਨਾ ਜਾਨ ਛਿੜਾ ਸਕਦੇ ਹਾਂ, ਉਹ ਮੋਟਰਸਾਈਕਲ ਨਿਕਲੀਆਂ ਨਾਲ ਦਾ ਛਿੜਕੇ ਵਾਲੇ ਆ, ਅਤੇ ਅਸੀਂ ਇੱਥੇ ਹੁਣ ਮੇਰੇ ਨਾਲ ਦੇ ਸਾਰੇ ਗਏ ਹੋਏ ਆ ਸਿੰਮਾਂ ਕਢਾਉਣ, ਕਿਉਂਕਿ ਮੇਰੀ ਸਿੰਮ ਨਹੀਂ ਸੀ ਨਿਕਲੀ ਹੈ, ਅਤੇ ਮੇਰਾ ਫਿੰਗਰ ਦਾ ਇਸ਼ੂ ਕਰ ਰਿਹਾ ਸੀ, ਜਿਸ ਤਰ੍ਹਾਂ ਹੀ ਫਿੰਗਰ ਕਲੀਅਰ ਹੋਏਗੀ ਅਤੇ ਅੱਲਾ ਖੈਰ ਕਰੇ ਫਿਰ ਕਰਾਂਗੇ ਗੱਲਬਾਤ, ਅਤੇ ਸ਼ਾਇਦ ਸ਼ਾਮ ਨੂੰ ਚੱਕਰ ਲੱਗ ਜਾਵੇ, ਮੇ ਬੀ ਹੁਣ ਦੇਖ ਲਓ ਕਦੋਂ ਲੱਗਦਾ। ਆਹ ਨਾਲ ਹੀ ਇੱਕ ਗਰਾਊਂਡ ਆ ਬੈਡਮਿੰਟਨ ਦਾ, ਅਤੇ ਬਾਬੂ ਪਰਦੇਸ ਆ ਤਾਂ ਬੰਦਾ ਜਾਂਦਾ, ਪਰ ਪਰਦੇਸ ਹੈ ਥੋੜ੍ਹਾ ਜਿਹਾ ਔਖਾ, ਪਰ ਇਨਸ਼ਾ ਅੱਲਾਹ ਤਾਲਾ ਚੱਸ ਲਾਵਾਂਗੇ ਪਰਦੇਸ ਦੀ ਆ ਗਏ।
ਬਾਕੀ ਸਪੋਰਟ ਕਰੋ ਜਿਹੜੇ ਭਰਾ ਭਰਾ ਨਵੇਂ ਨਵੇਂ ਆ, ਇਨਸ਼ਾਅੱਲਾ ਤਾਲਾ ਤੁਹਾਨੂੰ ਰੋਜ਼ ਦਾ ਰੋਜ਼। ਲਓ ਜੀ ਪਿਆਰਿਓ, ਹੁਣ ਹੋ ਗਿਆ ਸੌਣ ਦਾ ਟਾਈਮ ਅਤੇ ਨੀਂਦ ਆਉਣ ਲੱਗੀ ਹੋਇਆ ਫੁੱਲ ਟੋਨ ਸੋ ਟੋਨ। ਬਾਕੀ ਇਨਸ਼ਾਅੱਲਾ ਤਾਲਾ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ। ਆਪਣਾ ਖਿਆਲ ਰੱਖਿਓ, ਲਵ ਯੂ, ਹੋ ਗਿਆ, ਓਕੇ।